ਉਹਤੋਂ ਅੱਗੇ ਆਜੋ ਸੰਦੀਪ ਸੰਨੀ ਜਿਨ੍ਹਾਂ ਦੇ ਤੇਰੇ ਭਾਸ਼ਨਾ ਤੋਂ ਪ੍ਰੇਰਿਤ ਹੋ ਕੇ ਜਿੱਚ ਕਹਿੰਦਾ ਸੀ ਸੋਧ ਦਿਓ ਫੜ ਲਓ ਵੇਖਣਾ ਨਹੀਂ ਉਥੇ ਵੇਟ ਥੋੜੀ ਕਰਨੀ ਆ ਉਹਨੇ ਨੇ ਸੂਰੀ ਨੂੰ ਮਾਰਿਆ ਉਸ ਸੰਦੀਪ ਸੰਨੀ ਦੀ ਵੀ ਉਸ ਦਰਾਨ ਆਪਣੀ ਦੁਕਾਨ ਸਾੜੀ ਗਈ ਔਰ ਬੜੀ ਦੁਨੀਆ ਨੇ ਡਿਮਾਂਡ ਕੀਤੀ ਕਿ ਜੇ ਉਹਨੇ ਮਾਰਿਆ ਤਾਂ ਉਹਦੇ ਉੱਤੇ ਪਰਚਾ ਹੋ ਗਿਆ ਜਿਨ੍ਹਾਂ ਲੋਕਾਂ ਨੇ ਦੀ ਦੁਕਾਨ ਸਾੜੀ ਆ ਉਹਨਾਂ ਦੇ ਉੱਤੇ ਵੀ ਪਰਚਾ ਹੋਣਾ ਚਾਹੀਦਾ ਵਾ ਤੇ ਆਪਾਂ ਤੇ ਸੰਦੀਪ ਸੰਨੀ ਲਈ ਵੀ ਕੋਈ ਧਰਨਾਨੀ ਦਿੱਤਾ ਤੇ ਕੋਈ ਪ੍ਰਾਲਾ ਨਹੀਂ ਕੀਤਾ ਤੇ ਕੋਈ ਆਵਾਜ਼ ਨਹੀਂ ਚੁੱਕੀ ਤੇ ਕੋਈ ਬਾਤ ਨਹੀਂ ਪੁੱਛੀ ਆਪਾਂ ਗੱਲ ਗੱਲ ਤੇ ਖਾਲਿਸਤਾਨ ਕਰਦੇ ਰਹੇ ਨੇ ਖਾਲਿਸਤਾਨ ਚਾਹੀਦਾ ਖਾਲਿਸਤਾਨ ਚਾਹੀਦਾ ਵੱਖਰੀ ਹਕੂਮਤ ਚਾਹੀਦੀ ਆ ਮੈਂ ਪੁੱਛਣਾ ਚਾਹੁੰਨਾ ਭਰਾਵਾ ਤੈਨੂੰ ਖਾਲਿਸਤਾਨ ਬਣਾਉਣਾ ਕਿੱਥੇ ਆ ਖਾਲਿਸਤਾਨ ਹੋਣਾ ਕਿੱਡਾ ਕਹਿ ਕੇ 2 ਘੰਟੇ ਆ ਨੂੰ ਤੁਰਪੋ 2 ਘੰਟੇ ਆ ਨੂੰ ਤੁਰਪੋ ਦਰੋ ਤੇ ਖਾਲਿਸਤਾਨ ਤੁਹਾਡਾ ਖਤਮ ਐਡਾ ਕ ਖਾਲਿਸਤਾਨ ਹੋਊਗਾ ਸਾਡਾ ਆ ਖਾਲਸਤਾਨ ਹੋਊਗਾ ਸਾਡਾ ਇੰਨੀ ਕੁ ਮਤਲਬ ਉਹਦਾ ਜਿਹੜਾ ਏਰੀਆ ਹੋਊਗਾ ਅੰਮ੍ਰਿਤ ਸੰਚਾਰ ਤੁਸੀਂ ਕਰਾਉਂਦੇ ਹੋ ਵਧੀਆ ਨਸ਼ਾ ਛਡਾਉ ਤੁਸੀਂ ਮਿਹਨਤ ਲਾਈਓ ਵਧੀਆ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਤੁਹਾਡੀ ਮਿਹਨਤੋਂ ਨਸ਼ਾ ਛੱਡਣਾ ਤੇ ਕਿੰਨਿਆਂ ਨੇ ਅੰਮ੍ਰਿਤ ਛੱਕੇ ਜਿਹੜਾ ਉਹ ਨਿਭਾਉਣਾ ਵਾ ਇਹ ਸਮਾਂ ਦੱਸੂਗਾ ਮੈਂ ਇਹਦੇ ਉੱਤੇ ਕਿੰਤੂ ਪਰੰਤੂ ਨਹੀਂ ਕਰਦਾ ਆਪਾਂ ਗੱਲ ਗੱਲ ਦੇ ਉੱਤੇ ਆਪਾਂ ਚੀਜ਼ਾਂ ਦਾ ਨਤਾਰਾ ਤੇ ਕਰੀਏ ਉਹਦੇ ਰਿਜ਼ਲਟ ਕੀ ਆ ਰਹੇ ਨੇ ਯਾਰ ਆਪਾਂ ਮੇ ਤੁਸ਼ਾ ਨੂੰ મોદી ਨੂੰ ਗਾਲਾਂ ਕੱਢੀ ਜਾਂਦੇ ਆ ਸਿਰਫ ਇਹ ਸਾਬਤ ਕਰਨ ਲਈ ਕਿ ਮੈਂ ਏਜੰਸੀਆਂ ਦਾ ਤੇ ਕੇਂਦਰ ਦਾ ਬੰਦਾ ਨਹੀਂ ਹੈਗਾ ਮੈਂ ਤੈਨੂੰ ਇਹ ਕਹਿਣਾ ਚਾਹੁੰਦਾ ਵੀ ਇੰਨਾ ਗਾਲਾਂ ਦਾ ਗੁੱਸਾ ਉਹ ਪੰਜਾਬ ਦੇ ਉੱਤੇ ਕੱਢਦੇ ਨੇ ਦੂਜੀ ਚੀਜ਼ ਮੈਂ ਨਹੀਂ ਤੈਨੂੰ ਕਹਿੰਦਾ ਕਿ ਤੂੰ ਏਜੰਸੀਆਂ ਦਾ ਬੰਦਾ ਵਾਂ ਪਰ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਇੰਨੀ ਕਿ ਮੇਰੀ ਉਮਰ ਤੇ ਇੰਨਾ ਕਿ ਮੇਰਾ ਤਜਰਬਾ ਹੋ ਗਿਆ ਵਾ ਕਿ ਏਜੰਸੀਆਂ ਜਿਹਨੂੰ ਵਰਤਣਾ ਹੁੰਦਾ ਨਾ ਕਦੀ ਉਹਦੇ ਨਾਲ ਮੀਟਿੰਗਾਂ ਨਹੀਂ ਕਰਦੀਆਂ ਬਲਕਿ ਉਹ ਮਾਹੌਲ ਹੀ ਇਹੋ ਜਿਹਾ ਕ੍ਰੀਏਟ ਕਰਦੀਆਂ ਔਰ ਮਾਈਂਡ ਹੀ ਬੰਦੇ ਦਾ ਇਹੋ ਜਿਹਾ ਸੈੱਟ ਕਰਦੀਆਂ ਵਾ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਉਹ ਕਦੋਂ ਏਜੰਸੀਆਂ ਕੋਲ ਵਰਤਿਆ ਗਿਆ ਵਾ ਕਦੋਂ ਉਹ ਏਜੰਸੀਆਂ ਦੇ ਹੱਥਾਂ ਦੇ ਵਿੱਚ ਖੇਡ ਕਿ 2024 ਚੋਣਾਂ ਤੱਕ ਤਿੰਨੋਂ ਏਜੰਸੀਆਂ ਨੇ ਪੀਕ ਦੇ ਉੱਤੇ ਚੜਾਉਣਾ ਟੀਸੀ ਦੇ ਉੱਤੇ ਖੰਡ ਗਏ ਔਰ ਚੋਣਾਂ ਤੋਂ ਪਹਿਲਾਂ ਪਹਿਲਾਂ ਤੇਰੇ ਤੇ ਕਾਰਵਾਈ ਕਰਕੇ ਨਾ ਜਿੱਦਾਂ ਉਹਨਾਂ ਪਲਵਾਮਾ ਵਾਲਾ ਕਾਂਡ ਹੋਇਆ ਸੀਗਾ ਉਹਦੇ ਉਹਦੇ ਸਿਰ ਤੇ ਦੇਸ਼ ਜਿੱਤ ਲਿਆ ਸੀਗਾ ਇਸੇ ਤਰੀਕੇ ਉਹ ਪੂਰਾ ਦੇਸ਼ ਜਿੱਤਣਗੇ ਅਮਰਤਪਾਲ ਖੁਦ ਸੋਚ ਯਾ ਰੱਬ ਤੈਨੂੰ ਕਿਤੇ ਸਮੱਤ ਬਖਸ਼ੇ ਜਿਸ ਦਿਨ 2 ਦਿਨ ਦਾ ਸਮਿਟ ਇਨਵੈਸਟਮੈਂਟ ਸੀਗਾ ਪੰਜਾਬ ਦੇ ਵਿੱਚ ਉਹ 2 ਦਿਨ ਦੁਨੀਆ ਦੇ ਵੱਡੇ ਵੱਡੇ ਵਪਾਰੀ ਭਾਰਤ ਦੇ ਵਿੱਚੋਂ ਇੱਥੇ ਆਏ ਸੀਗੇ ਜਿਨ੍ਹਾਂ ਨੇ ਪੰਜਾਬ 'ਚ ਇਨਵੈਸਟ ਕਰਨ ਦਾ ਸੋਚਣਾ ਸੀਗਾ ਕੱਲੀ ਤੇਰੀ ਘਟਨਾ ਨਹੀਂ ਹੋਈ ਉਸ ਦਿਨ ਉਸ ਦਿਨ 2 ਘਟਨਾਵਾਂ ਹੋਈਆਂ ਪੰਜਾਬ ਦੇ ਵਿੱਚ ਜਦੋਂ ਸਾਰੇ ਵਪਾਰੀ ਪੰਜਾਬ ਦੇ ਵਿੱਚ ਸੀਗਾ ਇੱਕ ਅਜਨਾਲੇ ਵਾਲੀ ਜਿਹੜੀ ਤੂੰ ਕੀਤੀ ਦੂਜੀ ਗਵਰਨਰ ਦੀ ਸਟੇਟਮੈਂਟ ਆਉਂਦੀ ਆ ਰਿਫਿਊਜ਼ ਕਰ ਦਿੰਦਾ ਬਜਟ ਸੈਸ਼ਨ ਨੂੰ ਵੀ ਮੈਂ ਬਜਟ ਸੈਸ਼ਨ ਹੀ ਨਹੀਂ ਬੁਲਾਉਣ ਦੇਣਾ ਕੀ ਉਹਨਾਂ ਵਪਾਰੀਆਂ ਦੇ ਮਨ ਦੇ ਉੱਤੇ ਬੀਤੀ ਹੋਊਗੀ ਤੇਰੀ ਘਟਨਾ ਦੇ ਨਾਲ ਸਿਕਿਉਰਿਟੀ ਕਰਕੇ ਤੇ ਉਧਰ ਫਾਈਨੈਂਸ਼ੀਅਲ ਸਿਕਿਉਰਿਟੀ ਕਰਕੇ ਆ ਉਹਨਾਂ ਦੇ ਦਿਮਾਗ 'ਚ ਬਹਿ ਗਿਆ ਹੋਊਗਾ ਤੇ ਕੀ ਸਵਾਹ ਤੇਖੇ ਯਾਰੋ ਪੰਜਾਬ ਦੇ ਵਿੱਚ ਪੈਸੇ ਲਾਉਣਗੇ ਇਹਨਾਂ ਦੋਵਾਂ ਘਟਨਾਵਾਂ ਨੂੰ ਅੱਗੇ ਜਾ ਕੇ ਵੀ ਸੋਚ ਨੈਸ਼ਨਲ মিডিਆ ਨੇ ਜਿਸ ਤਰੀਕੇ ਦਿਖਾਇਆ ਕਿ ਥਾਣੇ ਦੇ ਉੱਤੇ ਖਾਲਸਤਾਨੀਆਂ ਦਾ ਕਬਜ਼ਾ ਥਾਣੇ ਦੇ ਉੱਤੇ ਖਾਲਸਤਾਨੀਆਂ ਦਾ ਕਬਜ਼ਾ ਅਜੇ ਤੱਕ ਇਹ ਨਹੀਂ ਸਮਝ ਆਈ ਵੀ ਉਹ ਕਿਦੇ ਕਹਿਣ ਦੇ ਉੱਤੇ ਵਿਖਾਇਆ ਗਿਆ ਕੌਣ ਉਹਨਾਂ ਦੇ ਪਿੱਛੇ ਸੀਗਾ ਅਜੇ ਵੀ ਆਪਾਂ ਨੂੰ ਸਮਝ ਨਹੀਂ ਆਉਂਦੀ ਵੀ ਪੰਜਾਬ ਨੂੰ ਕਿਤੇ ਨਾ ਕਿਤੇ ਖਤਮ ਕਰਨ ਦੀ ਸਾਜ਼ਿਸ਼ ਚੱਲ ਰਹੀ ਆ ਔਰ ਅਸੀਂ ਪੰਜਾਬੀ ਸਾਰੇ ਸਮੇਤ ਤੇਰੇ ਮਿਲ ਕੇ ਉਹਦੇ ਵਿੱਚ ਯੋਗਦਾਨ ਪਾ ਰਹੇ ਆ ਵੀ ਭਰਾਵਾ ਸਾਨੂੰ ਹੀ ਵਰਤ ਲੋ ਅਸੀਂ ਅਸੀਂ ਤੁਹਾਡੇ ਆਖੇ ਪੰਜਾਬ ਤਬਾਹ ਕਰ ਦਿੰਨੇ ਆ ਤੇ ਜਦੋਂ ਵੀ ਇੱਕ ਚੀਜ਼ ਤੇ ਹੋਰ ਧਿਆਨ ਦਿਓ ਤੁਸੀਂ ਸਾਰੇ ਪੰਜਾਬ ਵਾਸੀ ਕਿ ਜਦੋਂ ਵੀ ਕੋਈ ਘਟਣਾ ਇਹੋ ਜੀ ਵੱਡੀ ਵਾਪਰਦੀ ਆ ਜਦੋਂ ਵੀ ਕਿਤੇ ਪੰਜਾਬੀਆਂ ਨੂੰ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸੱਚੇ ਹੋਣ ਲਈ ਪ੍ਰਾਈਮ ਮਿਨਿਸਟਰ ਜਾਂ ਗ੍ਰਹਿ ਮੰਤਰੀ ਕਿਸੇ ਨਾ ਕਿਸੇ ਗੁਰਦੁਆਰੇ ਦੇ ਵਿੱਚ ਚਲੇ ਜਾਂਦੇ ਆ ਆਪਣਾ ਪੰਜਾਬ ਦੇ ਪ੍ਰਤੀ ਸੱਚੀ ਨਿਸ਼ਠਾ ਤੇ ਸੱਚੀ ਜਿਹੜੀ ਸ਼ਰਧਾ ਵਿਖਾਉਣ ਲਈ ਕੱਲ ਉਹ ਪਟਨਾ ਸਾਹਿਬ ਵਿਖੇ ਪਹੁੰਚ ਜਾਂਦੇ ਨੇ ਨਾ ਕੱਲ ਕੋਈ ਗੁਰਪ੍ਰੋਭ ਆ ਨਾ ਕੱਲ ਕੋਈ ਸ਼ੀਦੀ ਦਿਹਾੜਾ ਕੱਲ ਵੀ ਉੱਥੇ ਜਾਂਦੇ ਨੇ ਔਰ ਵੱਡੀਆਂ-ਵੱਡੀਆਂ ਖਬਰਾਂ ਲੱਗਦੀਆਂ ਨੇ ਪੱਗ ਬਨ ਕੇ ਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਹਨਾਂ ਸਾਜ਼ਿਸ਼ਾਂ ਤੋਂ ਯਾਰ ਆਪਾਂ ਅਲਰਟ ਤੇ ਹੋਈਏ